ਜਿਵੇਂ ਜੀ, ਜਿਵੇਂ ਕਿ ਸਾਰੇ ਪੰਜਾਬ ਨੂੰ ਪਤਾ ਹੈ ਕਿ ਪੰਚਾਇਤ ਇਲੈਕਸ਼ਨ ਜਿਹੜੀ ਆ ਉਹ ਹੋ ਗਈ ਅਨਾਊਂਸ, ਅਤੇ ਅੱਜ ਨੋਮੀਨੇਸ਼ਨ ਜਿਹੜੀ ਕੱਲ੍ਹ ਤੋਂ ਚੱਲ ਰਹੀ ਹੈ, ਪਰ ਜਿਹੜੇ ਵਿਰੋਧੀ ਧਿਰ ਦੇ ਜਿੰਨੇ ਵੀ ਪਿੰਡਾਂ ਦੇ ਪੰਚਾਇਤ ਦੇ ਇਲੈਕਸ਼ਨ ਲੜਨਾ ਚਾਹੁੰਦੇ ਨੇ, ਸਾਰਿਆਂ ਨੂੰ ਚੁੱਲ੍ਹਾ ਟੈਸਟ ਦੀ ਰਸੀਦ ਨਹੀਂ ਦਿੱਤੀ ਜਾ ਰਹੀ। ਅਸੀਂ ਪਿਛਲੇ 4 ਦਿਨਾਂ ਤੋਂ ਲਗਾਤਾਰ ਗੇੜੇ ਕਰ ਰਹੇ ਹਾਂ, ਸਾਨੂੰ ਲਾਰੇ ਲਾਏ ਜਾ ਰਹੇ ਆ। ਅੱਜ ਦੁਪਹਿਰ ਅਸੀਂ SDM ਮੈਡਮ ਨਾਲ ਮੁਲਾਕਾਤ ਕੀਤੀ ਸੀ, ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਕਿ 4 ਵਜੇ ਤੁਸੀਂ ਦਫ਼ਤਰ 'ਚ ਆ ਕੇ ਅਤੇ ਚੁੱਲ੍ਹਾ ਟੈਕਸ ਦੀ ਪਰਚੀ ਲੈ ਸਕਦੇ ਜੀ, ਪਰ ਉਹਨਾਂ ਦੇ ਐਡੇ ਵੱਡੇ ਅਫਸਰ ਸਾਹਿਬਾਨ ਦੇ ਕਹਿਣ 'ਤੇ ਵੀ ਸਾਨੂੰ ਅੱਜ ਪਰਚੀ ਨਹੀਂ ਦਿੱਤੀ ਗਈ। ਸੋ ਅਸੀਂ ਰੋਸ 'ਚ ਆ ਕੇ ਮੁਜ਼ਾਹਰਾ ਕਰ ਰਹੇ ਹਾਂ, ਔਰ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ, ਵਾਰਨਿੰਗ ਵੀ ਹੈ ਕਿ ਜੇ ਸਾਨੂੰ ਸੋਮਵਾਰ ਤੱਕ ਨਾ ਦਿੱਤਾ ਗਿਆ ਤਾਂ ਅਸੀਂ ਫਤਿਹਗੜ੍ਹ ਸ਼ਹਿਰ 'ਚ ਚੱਕਾ ਜਾਮ ਕਰਾਂਗੇ ਔਰ ਵੱਡੇ ਲੈਵਲ 'ਤੇ ਅਸੀਂ ਪ੍ਰਦਰਸ਼ਨ ਕਰਾਂਗੇ। ਦੇਖੋ ਜੀ, ਆਮ ਪਾਰਟੀ ਦੇ ਜਿਹੜੇ ਤੇ ਆਪਣੇ ਲੀਡਰ ਦੇ ਵਰਕਰ ਨੇ ਉਹਨਾਂ ਨੂੰ ਮਿਲ ਗਏ ਨੇ, ਜਿਹੜੇ ਆਮ ਪਾਰਟੀ ਦੇ ਉਹਨਾਂ ਦੇ ਲੀਡਰ ਦੇ ਵਿਰੋਧੀ ਦੂਜੇ ਧੜੇ ਵਾਲੇ ਉਹਨਾਂ ਨੂੰ ਨਹੀਂ ਮਿਲ ਰਹੀ, ਅਕਾਲੀ ਦਲ ਨੂੰ ਨਹੀਂ ਮਿਲ ਰਹੀ, ਬਾਕੀ ਆਮ ਪਾਰਟੀ ਜਿਹੜੇ ਲੀਡਰ ਦੇ ਆਪਣੇ ਬੰਦੇ ਨੇ ਉਹਨਾਂ ਸਾਰਿਆਂ ਨੂੰ ਚੁੱਲ੍ਹਾ ਟੈਕਸੀ ਪਰਚੀ ਮਿਲ ਚੁੱਕੀ ਔਰ ਉਹਨਾਂ ਦੀ ਫਾਈਲਾਂ ਵੀ ਜਮ੍ਹਾਂ ਹੋ ਰਹੀਆਂ ਨੇ। ਤੁਸੀਂ BDPO ਮੈਡਮ ਨੂੰ ਮਿਲੇ? ਹਾਂਜੀ, ਜਿਵੇਂ ਤੁਹਾਨੂੰ ਮੈਂ ਦੱਸਿਆ ਜੀ ਕਿ ਮੈਂ ਇਹਦੀ SDM ਮੈਡਮ ਨਾਲ ਵੀ ਗੱਲਬਾਤ ਹੋਈ ਸੀ, ਉਹਨਾਂ ਨੇ ਮੈਡਮ ਵੀਡੀਓ ਨਾਲ ਗੱਲ ਕਰਕੇ ਸਾਨੂੰ 4 ਵਜੇ ਸਮਾਂ ਦਿੱਤਾ ਸੀ। ਅਸੀਂ ਵੀਡੀਓ ਮੈਡਮ ਨੂੰ ਮੈਂ ਖੁਦ 4 ਵਜੇ ਕਾਲ ਕੀਤੀ ਪਰ ਉਹ ਕਾਲ ਨਹੀਂ ਅਟੈਂਡ ਕਰ ਰਹੀ, ਔਰ ਇੱਥੇ ਸਾਨੂੰ ਸੈਕਟਰੀ ਪ੍ਰਦੀਪ ਸਿੰਘ ਜੀ ਵੀ ਮਿਲੇ ਸੀ ਅਤੇ ਉਹਨਾਂ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ। ਅਸੀਂ ਜੀ ਫਿਰ ਸਾਰੇ ਵਰਕਰਾਂ ਨਾਲ ਸਲਾਹ ਕਰਕੇ ਅਸੀਂ ਫਤਿਹਗੜ੍ਹ 'ਚ ਇੱਕ ਵੱਡਾ ਧਰਨਾ ਲਾਵਾਂਗੇ, ਅਸੀਂ ਆਪਣੇ ਲੀਡਰ ਸਾਹਿਬਾਂ ਨਾਲ ਅਪਰੋਚ ਕਰਕੇ ਜੋ ਹੁਕਮ ਹੋਏਗਾ ਅਸੀਂ ਕਰਾਂਗੇ। ਹਰਜਪਾਲ ਸਾਹਿਬ, ਧਰਨੇ 'ਤੇ ਬੈਠੇ ਹੋ, ਚੁੱਲ੍ਹਾ ਟੈਕਸ ਨਹੀਂ ਮਿਲ ਰਿਹਾ, ਚੋਣ ਲਿਸਟਾਂ ਨਹੀਂ ਮਿਲਦੀਆਂ ਆਪਣੇ ਲਿਸਟਾਂ 'ਤੇ, ਕੀ ਕਹਿੰਦੇ ਹੋ? ਦੇਖੋ ਇੱਦਾਂ ਹੈ ਜੀ, ਬਾਠ ਸਾਹਿਬ ਤੁਹਾਡਾ ਤਾਂ ਸ਼ੁਕਰੀਆ, ਪਹਿਲਾਂ ਤੁਸੀਂ ਸਾਨੂੰ ਇੱਥੇ ਕਵਰ ਕਰਨ ਆਏ ਹੋ, ਸਰਕਾਰ ਦਾ ਡਰ ਸਾਰਿਆਂ ਨੂੰ ਆ ਅਤੇ ਤੁਹਾਡਾ ਬਹੁਤ ਧੰਨਵਾਦ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਇਹ ਰਾਜ ਭਾਗ 'ਚ ਆਉਂਦੀ ਹੈ ਸਰਕਾਰ, ਇਹ ਕਹਿ ਕੇ ਆਉਂਦੀ ਆ ਵੀ ਸਾਡਾ ਜਿਹੜਾ ਰਾਜ ਹੋਊਗਾ ਉਹ ਬੜਾ ਵਧੀਆ ਹੋਊਗਾ, ਬੜਾ ਨਵੇਕਲਾ ਹੋਊ, ਸਾਰਿਆਂ ਨੂੰ ਇੱਕੋ ਜਿਹੀ ਤੱਕੜੀ 'ਚ ਤੋਲਾਂਗੇ। ਆਹ ਨਾਰੇ ਨਹੀਂ ਸੀ ਵੱਜਣੇ ਚਾਹੀਦੇ ਅੱਜ, ਇੱਥੇ ਆਪਾਂ ਨੂੰ ਇਕੱਠਿਆਂ ਨਹੀਂ ਸੀ ਹੋਣਾ ਚਾਹੀਦਾ ਅੱਜ। ਚੁੱਲ੍ਹਾ ਟੈਕਸ ਰਸੀਦਾਂ ਸੈਕਟਰੀਜ਼ ਦੇ ਹਵਾਲੇ ਕਰਕੇ ਉੱਥੇ ਬੂਥ ਲੱਗਣੇ ਚਾਹੀਦੇ ਸੀਗੇ, ਜਿਹੜਾ ਕਿ ਇਹਨਾਂ ਨੇ ਬਿਲਕੁਲ ਬੰਦ ਕਰਤਾ। ਹੁਣ SDM ਕੋਈ ਛੋਟੇ ਮੋਟੇ ਅਫਸਰ ਥੋੜ੍ਹੀ ਨੇ, ਉਹ ਅਫਸਰ ਜਿਹੜੇ ਨੇ ਉਹਨਾਂ ਨੂੰ ਵੀ ਆਪਣੀ ਅਫਸਰੀ ਪਛਾਣਨੀ ਚਾਹੀਦੀ ਆ ਵੀ ਅਸੀਂ ਕਿਹੜੇ ਲੈਵਲ ਦੇ ਅਫਸਰ ਹਾਂ ਅਤੇ ਅਸੀਂ ਕੀ ਕਰਨ ਲੱਗੇ ਹਾਂ। ਵੀ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਨਗੂਣੀ ਗੱਲ ਆ ਜੀ, ਮਾਮੂਲੀ ਗੱਲ ਆ। ਤਾਂ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਲਈ ਸਾਨੂੰ ਅੱਜ ਕਿਹਾ ਗਿਆ, ਸਾਡੇ ਇੱਥੇ ਵਟਸਐਪ 'ਤੇ ਵੀ ਸਾਡੀ ਪਾਰਟੀ ਨੇ ਸਾਡੇ ਸਾਰਿਆਂ ਨੇ ਕਿਹਾ ਤਾਂ ਵੀ 4 ਵਜੇ ਆ ਜਾਓ, ਤੁਹਾਨੂੰ ਚੁੱਲ੍ਹਾ ਟੈਕਸ ਰਸੀਦਾਂ ਦੇਣ ਲੱਗੇ ਹਾਂ। ਪਰ ਕੋਈ ਇੱਥੇ ਆਏ ਆ ਅਤੇ ਪਤਾ ਲੱਗਾ ਵੀ ਮੈਡਮ ਅਚਾਨਕ ਬਿਮਾਰ ਹੋ ਗਏ ਆ, ਉਹ ਤੁਹਾਨੂੰ ਵੀ ਪਤਾ ਬਿਮਾਰ ਕੀ ਹੁੰਦਾ। ਇਸ ਕਰਕੇ ਜੀ ਮੇਰੀ ਇਹ ਪੁਰਜ਼ੋਰ ਅਪੀਲ ਆ, ਬੇਨਤੀ ਆ ਵੀ ਜੋ ਤੁਸੀਂ ਵਾਅਦੇ ਕਰਕੇ ਆਏ ਹੋ ਘੱਟੋ ਘੱਟ ਐਡੇ ਨਿੱਕੇ ਲੈਵਲ 'ਤੇ ਤਾਂ ਨਾ ਡਿੱਗੋ ਵੀ ਤੁਸੀਂ ਸਾਨੂੰ ਚੁੱਲ੍ਹਾ ਟੈਕਸ ਰਸੀਦਾਂ ਹੀ ਨਹੀਂ ਦੇਣ ਲੱਗੇ ਹੋ। ਠੀਕ ਹੈ ਜੀ, ਇਲੈਕਸ਼ਨ ਲੜੋ ਵੀ ਤਾਂ ਇਹਨਾਂ ਨੂੰ ਪਤਾ ਹਾਲਤ ਬੜੀ ਖਸਤਾ ਹੈ। ਠੀਕ ਹੈ ਜੀ, ਇਸ ਕਰਕੇ ਸਾਡੇ ਨਾਲ ਇਹ ਕੁਝ ਕਰ ਰਹੇ, ਇਹਨਾਂ ਨੂੰ ਪਤਾ ਜਿੱਤਣਾ ਇਹਨਾਂ ਦਾ ਕੋਈ ਨਹੀਂ। ਆਹ ਗੱਲ ਹੈ ਜੀ, ਨਹੀਂ ਮਿਲਦੀਆਂ ਗਾਂ ਜੀ ਉਹਨਾਂ ਦੇ ਦਿੱਤੇ ਹੋਏ ਪ੍ਰੋਗਰਾਮਾਂ ਨਾਲ, ਤੇ ਫਿਰ ਅਗਲਾ ਕੀ ਤੁਹਾਡਾ ਐਕਸ਼ਨ ਹੋਊਗਾ? ਦੇਖੋ ਸਾਡੀ ਮੰਤਰੀ ਸਾਹਿਬ ਨਾਲ, ਜਿਹੜੇ ਐਕਸ ਮਿਨਿਸਟਰ ਨੇ ਤਰਪਜਿੰਦਰ ਸਿੰਘ ਬਾਜਵਾ ਸਾਹਿਬ, ਉਹਨਾਂ ਨਾਲ ਗੱਲ ਹੋ ਚੁੱਕੀ ਹੈ। ਉਹਨਾਂ ਨੇ ਆਖਿਆ ਵੀ ਅੱਜ ਤੁਸੀਂ ਜਾਓ, ਕਿਉਂਕਿ ਮੈਡਮ ਨੇ ਸਾਨੂੰ SDM ਮੈਡਮ ਨੇ ਬੜਾ ਆਸ਼ਵਾਸਨ ਦਿੱਤਾ ਸੀ ਵੀ ਆਓ ਅਤੇ ਆਪਣੀਆਂ ਚੁੱਲ੍ਹਾ ਟੈਕਸ ਰਸੀਦਾਂ ਕਟਾਓ। ਜੇ ਅੱਜ ਨਹੀਂ ਮਿਲਦੀਆਂ, ਅੱਜ ਮੈਡਮ ਨੇ ਸਾਡੇ ਨਾਲ ਇਹ ਕੁਛ ਕੀਤਾ ਵੀ ਸਾਨੂੰ ਬੁਲਾ ਕੇ ਵੀ ਸਾਨੂੰ ਨਹੀਂ ਮਿਲੇ, ਤਾਂ ਆਪਾਂ ਸੋਮਵਾਰ ਹੱਦ ਐਤਵਾਰ ਅਤੇ ਸੋਮਵਾਰ ਅਖੀਰ ਆਪਾਂ ਜਿਹੜਾ ਆ ਉਹ ਵੱਡੇ ਲੈਵਲ 'ਤੇ ਪ੍ਰਦਰਸ਼ਨ ਕਰਾਂਗੇ, ਪੰਜਾਬ ਲੈਵਲ 'ਤੇ ਪ੍ਰਦਰਸ਼ਨ ਕਰਾਂਗੇ ਅਤੇ ਇਹਦਾ ਅੰਜਾਮ ਜਿਹੜਾ ਉਹ ਸਾਰੇ ਪੰਜਾਬ ਨੂੰ ਹੀ ਉਹ ਭੁਗਤਣਾ ਪਊਗਾ, ਕਿਉਂਕਿ ਆਪਾਂ ਟ੍ਰੈਫਿਕ ਜਾਮ ਵੀ ਕਰ ਸਕਦੇ, ਆਪਾਂ ਕੁਛ ਵੀ ਕਰ ਸਕਦੇ। ਗੱਲ ਆ ਜੋ ਤੁਹਾਨੂੰ ਨਹੀਂ ਚੁੱਲ੍ਹਾ ਟੈਕਸ ਮਿਲ ਗਿਆ? ਦੇਖੋ ਬਾਠ ਸਾਹਿਬ, ਇਹ ਅਸੀਂ ਕੋਈ ਕਿਸੇ ਕੋਲੋਂ
ਫਾਇਦਾ ਨਹੀਂ ਮੰਗ ਰਹੇ ਜੀ। ਅਸੀਂ ਆਪਣਾ ਬੁਨਿਆਦੀ ਹੱਕ ਜੋ ਇੱਕ ਹਰ ਇੱਕ ਨਾਗਰਿਕ ਨੂੰ ਚੋਣ ਲੜਨ ਦਾ ਹੱਕ ਹੈ ਜੀ, ਅਸੀਂ ਇੱਕ ਫੇਅਰ ਇਲੈਕਸ਼ਨ ਲਈ ਸਾਰੇ ਜਾਣੇ ਇੱਥੇ ਇਕੱਠੇ ਹੋਏ ਹਾਂ। ਸਾਨੂੰ ਟਾਈਮ ਦਿੱਤਾ ਗਿਆ ਸੀ 4 ਵਜੇ ਦਾ SDM ਮੈਡਮ ਵੱਲੋਂ ਕਿ ਤੁਹਾਨੂੰ ਜਿਹੜੀ ਚੁੱਲ੍ਹਾ ਟੈਕਸ ਰਸੀਦਾਂ ਆ ਅਤੇ NOC ਵਗੈਰਾ ਸਾਰਾ ਕੁਛ ਮੁਹੱਈਆ ਕਰਾਇਆ ਜਾਏਗਾ। ਪਰ ਜਦੋਂ ਅਸੀਂ ਇੱਥੇ ਆਉਂਦੇ ਹਾਂ ਤਾਂ ਸਾਨੂੰ ਫਿਰ ਉਹੀ ਕੁਛ ਸਾਹਮਣਾ ਕਰਨਾ ਪੈ ਰਿਹਾ ਜੋ ਪਿਛਲੇ 3-4 ਦਿਨ ਤੋਂ ਸਾਨੂੰ ਵੋਟਰ ਲਿਸਟਾਂ ਲਈ ਵੀ ਖੱਜਲ ਹੋਣਾ ਪਿਆ ਜੀ, ਸਾਨੂੰ ਹਰੇਕ ਕਾਗਜ਼ ਲਈ ਖੱਜਲ ਹੋਣਾ ਪੈ ਰਿਹਾ। ਵੋਟਰ ਲਿਸਟਾਂ ਦੇ ਵਿੱਚ ਆਖਰੀ ਸਮੇਂ ਤੱਕ ਚੇਂਜਿਸ ਕੀਤੀਆਂ ਜਾ ਰਹੀਆਂ ਨੇ, ਜਿਹੜੀਆਂ ਹਰੇਕ ਪਿੰਡ 'ਚੋਂ ਤਕਰੀਬਨ 40-40, 50-50 ਵੋਟਾਂ ਕੱਟੀਆਂ ਗਈਆਂ ਜੀ ਅਤੇ ਗਲਤ ਵੋਟਾਂ ਬਣਾਈਆਂ ਗਈਆਂ। ਅਤੇ ਸਾਨੂੰ ਵੋਟਰ ਲਿਸਟਾਂ ਆਖਰੀ ਸਮੇਂ ਤੱਕ ਇਸ ਲਈ ਨਹੀਂ ਮੁਹੱਈਆ ਕਰਾਈਆਂ ਗਈਆਂ ਕਿ ਅਸੀਂ ਉਹਦੇ ਵਿੱਚ ਜੋ ਵੀ ਕਮੀਆਂ ਆ ਉਹ ਸਾਹਮਣੇ ਨਾ ਲਿਆ ਸਕੀਏ। ਨਹੀਂ, ਸਾਡਾ ਹਜੇ ਫਿਲਹਾਲ ਤਾਂ ਜੀ ਚੁੱਲ੍ਹਾ ਟੈਕਸ ਦਾ ਅਤੇ ਸਾਡਾ NOC ਦਾ ਅਤੇ ਵੋਟਰ ਲਿਸਟਾਂ ਦਾ, ਕਿਉਂਕਿ ਸਾਡੇ ਕੁਛ ਤਕਰੀਬਨ ਅਸੀਂ ਦੇਖੀਏ ਤਾਂ ਹਲਕੇ ਦੇ 100 ਪਿੰਡ ਦੇ ਕਰੀਬ ਮੋਤਬਰ ਜਿਹੜੇ ਕਿ ਸਾਬਕਾ ਸਰਪੰਚ ਸਾਰੇ ਇੱਥੇ ਬੈਠੇ ਨੇ ਅਤੇ ਕਿਸੇ ਨੂੰ ਵੀ ਕੋਈ ਵੀ ਚੀਜ਼ ਨਹੀਂ ਮੁਹੱਈਆ ਕਰਵਾਈ ਜਾ ਰਹੀ, ਕੋਪਰੇਟ ਨਹੀਂ ਕੀਤਾ ਜਾ ਰਿਹਾ ਮਹਿਕਮੇ ਵੱਲੋਂ। ਸੋ ਅਸੀਂ ਇਹੋ ਚਾਹੁੰਦੇ ਹਾਂ ਕਿ ਸਾਨੂੰ ਸਿਰਫ ਇੱਕ ਕੋਪਰੇਟ ਕੀਤਾ ਜਾਵੇ, ਅਸੀਂ ਸਿਰਫ ਇੱਕ ਫੇਅਰ ਇਲੈਕਸ਼ਨ ਚਾਹੁੰਦੇ ਹਾਂ ਜੀ। ਜਿਹੜੀ ਸੱਤਾ ਧਿਰ ਪਾਰਟੀ ਆ ਉਹਨੂੰ ਹਾਰ ਦਾ ਡਰ ਸਤਾ ਰਿਹਾ ਜੀ, ਜੇ ਉਹ ਐਡੇ ਆਪਣੇ ਕੰਮਾਂ ਤੋਂ ਸਮਝਦੇ ਨੇ ਕਿ ਲੋਕ ਖੁਸ਼ ਨੇ ਤਾਂ ਉਹ ਸਾਡੇ ਨਾਲ ਇਲੈਕਸ਼ਨ ਲੜ ਲੈਣ ਜੀ। ਇਹ ਨਹੀਂ ਵੀ ਇਕੱਲਾ ਸਾਡੀ ਪਾਰਟੀ ਨੂੰ, ਕਿਸੇ ਵੀ ਪਾਰਟੀ ਨੂੰ ਜਿਹੜੀ ਓਪੋਜੀਸ਼ਨ ਦੇ ਵਿੱਚ ਹੈ ਉਹਨਾਂ ਨੂੰ ਕੁਛ ਵੀ ਮੁਹੱਈਆ ਨਹੀਂ ਕਰਵਾਇਆ ਜੀ। ਸਰ ਇੱਥੇ BJ ਸਾਹਿਬ ਮੈਡਮ ਇੱਥੇ ਆਏਗੇ, ਉਹਨਾਂ ਨੇ ਇਹਨਾਂ ਨਾਲ ਗੱਲ ਹੋਈ ਹੋਊਗੀ ਜਾਂ ਉਹਨਾਂ ਨਾਲ ਗੱਲ ਕਰਕੇ ਆਏ ਹੋਣਗੇ, ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈ, ਮੈਂ ਤਾਂ ਆਪਣੀ ਡਿਊਟੀ 'ਤੇ ਹਾਜ਼ਰ ਹਾਂ। ਉਹਨਾਂ ਦੀ ਅਗਵਾਈ 'ਚ ਅਸੀਂ ਕੰਮ ਕਰਨਾ ਨਾ, ਅਸੀਂ ਤਾਂ ਉਹਨਾਂ ਦੀ ਅਗਵਾਈ 'ਚ ਜਵਾਬ ਦੇ ਉਹੀ ਨੇ। ਹਾਂਜੀ, ਉਹ ਉਹਨਾਂ ਕੋਲ 2 ਬਲਾਕ ਹੈ ਜੀ, ਇੱਕ ਬਟਾਲਾ ਬਲਾਕ ਹੈ, ਇੱਕ ਇੱਥੇ ਆ, ਅਤੇ ਚੋਣ ਮੀਟਿੰਗਾਂ ਵੀ ਕਾਫੀ ਹੁੰਦੀਆਂ ਨੇ, ਕਦੀ ਗੁਰਦਾਸਪੁਰ ਕਦੀ ਬਟਾਲਾ, ਉਹ ਵੀ ਉਹਨਾਂ ਦਾ ਸ਼ਡਿਊਲ ਕਾਫੀ ਬਿਜ਼ੀ ਹੈ। 10 ਮੈਂ ਉਦੋਂ ਆਏ ਆਪਣੀ ਡਾਕਟ ਕੱਢ ਕੇ ਸਭ ਆਪਣਾ ਕੰਮ ਕਰਕੇ ਇੱਥੋਂ ਬਟਾਲੇ ਚਲ ਗਏ ਆ। ਨਹੀਂ, 10 ਵਜੇ ਨਹੀਂ ਆਏ ਸਰ, 10 ਵਜੇ ਤੱਕ ਮੈਂ ਇੱਥੇ ਹੀ ਹਾਂ, ਮੈਂ ਤਾਂ ਇਹੀ 9 ਵਜੇ ਹਾਜ਼ਰ ਹੋ ਗਿਆ। ਜੋ ਵੀ ਕਰਨਾ ਕਾਰਵਾਈ। ਹਾਂਜੀ ਮੈਡਮ, BJ ਸਾਹਿਬ।